ਹਾਂਜੀ ਸਤਿ ਸ੍ਰੀ ਅਕਾਲ ਜੀ ਪੀ 3 ਪਲੱਸ ਵੀ ਡਾਟਾ ਐਂਟਰੀ ਵਾਲੇ 25 ਜੂਨ ਨੂੰ ਪੇਪਰ ਹੋਇਆ ਸੀਗਾ ਸਾਰੇ ਵੀਰਾਂ ਭੈਣਾਂ ਦੇ ਲਈ ਸਪੈਸ਼ਲ ਵੀਡੀਓ ਨੋਟ ਕਰਨ ਕੌਣ ਕਿੱਦਾਂ ਕਿਵੇਂ ਤੇ ਕਿੰਨੇ ਜਾਣੇ ਠੀਕ ਹੈ ਪੋਸਟਾਂ ਸਮਥਿੰਗ 938 ਵਗੈਰਾ ਦੇ ਆਸ-ਪਾਸ ਸੀਗੀਆਂ ਮਾਫੀ ਚਾਹੁੰਦੇ ਆਂ ਅਗਰ ਫਿਗਰ ਥੋੜਾ ਉਧਰ-ਉਧਰ ਹੋ ਜਾਏ ਪਰ ਬਾਕੀ ਉਸ ਤੋਂ ਬਾਅਦ ਸਹੀ ਤੇ ਸਟੀਕ ਜਾਣਕਾਰੀ ਟੋਟਲ ਕੈਂਡੀਡੇਟਾਂ ਦਾ ਫਾਰਮ ਪਰ ਅਸੀਗਾ 68663 ਆਣੇ ਨੇ ਠੀਕ ਹੈ ਤੇ ਪੇਪਰ ਦੇਣਗੇ ਸੀਗੇ 28842 ਠੀਕ ਹੈ ਅਬਸੈਂਟ ਹੋਏ ਸੀ ਕਿੰਚੋਂ 39800 ਕੀ ਦੇਖੋ ਕਿੰਨਾ ਵੱਡਾ ਅੰਕੜਾ ਹੈ ਪੰਜਾਬੀ ਪਾਸ ਪੇਪਰ ਜਿਹੜੇ ਹੈਗੇ ਆ ਉਹ ਹੈਗੇ ਆ 28282 ਤੇ ਪੰਜਾਬੀ ਫੇਲ ਦੇਖੋ ਜੀ 560 ਠੀਕ ਹੈ ਜੀ ਤੇ ਬਾਕੀ ਦੋਸਤੋ ਇੱਕ ਗੱਲ ਕਹਿਣਾ ਚਾਹਾਂਗਾ ਕਿ ਮਾਰਕਸ ਬਹੁਤ ਆਏ ਬੱਚਿਆਂ ਦੇ ਬਹੁਤ ਜ਼ਿਆਦਾ ਮਾਰਕਸ ਆਏ ਨੇ ਠੀਕ ਹੈ ਜੀ 65 ਵਾਲੇ 70 ਵਾਲੇ 75 ਵਾਲੇ 78 ਵਾਲੇ 80 82 85 90 94 ਦਾ ਟੋਪਰ ਨੇ 94 ਪੁਆਇੰਟ ਪਤਾ ਨਹੀਂ ਕਿੰਨਾ ਕੁ ਸਮਥਿੰਗ ਹੈ ਬਾਕੀ ਉਸ ਤੋਂ نیچے ਵਾਲੇ ਥੋੜੇ ਸੈਂਟਰ ਦੇ ਵਿੱਚ ਆ ਜਣੇ ਜਿਵੇਂ 70 80 65 ਹਨਾ ਬਾਕੀ ਜਮੇ ਡਾਊਨ ਆ ਦੇਖੋ ਜੀ ਹੁਣ 55 50 40 33 ਇਹ ਉਹ ਸਮਥਿੰਗ ਤੁਹਾਨੂੰ ਪਤਾ ਥੀ ਹੁਣ ਤਾਂ ਦੇਖੋ ਇੱਕ ਨੋਟਿਸ ਵੀ ਜੀਗਾ ਤੁਹਾਨੂੰ ਪਤਾ ਬਹੁਤ ਸਾਰੇ ਬੱਚੇ ਨਹੀਂ ਵੀ ਜਾਣਦੇ ਤੇ ਕਈ ਜਾਣਦੇ ਵੀ ਆ ਕਿ 40 ਮਾਰਕਸ ਵਾਲੀ ਸ਼ਰਤ ਖਤਮ ਕਰ ਦਿੱਤੀ ਸੀਗੀ ਇਹਨਾਂ ਨੇ ਜਿਵੇਂ ਹਨਾ 100/3 ਕਰੀ ਤੇਤੀ ਵਾਲਾ ਪਾਸ ਹੁੰਦਾ ਐਮ 120/3 ਕਰੀਏ 40 ਵਾਲਾ ਹੁੰਦਾ ਸੀ ਨਾ ਪਾਸ ਉਹ ਇਹਨਾਂ ਨੇ ਖਤਮ ਕਰ ਦਿੱਤੀ ਸੀ ਤੁਸੀਂ ਨੋਟਿਸ ਚੈੱਕ ਕਰਕੇ ਦੇਖ ਸਕਦੇ ਹੋ ਨੀਚੇ ਸਾਈਟ ਤੇ ਆ ਕੇ ਪਰ ਤੁਹਾਨੂੰ ਬਹੁਤ ਨੀਚੇ-ਨੀਚੇ ਜਾਣਾ ਪੈਣਾ ਪਰ ਮਿਲ ਜੇਗਾ ਤੁਹਾਨੂੰ ਠੀਕ ਹੈ ਬਾਕੀ ਦੋਸਤ ਦੋਸਤੋ ਵੀਰੋ ਭੈਣੋ ਜਿੰਨੇ ਵੀ ਹੈਗੇ ਤੁਹਾਨੂੰ ਸਾਰੇ ਰਿਸਪੈਕਟਡ ਕੈਂਡੀਡੇਟਸ ਕੇ ਮਾਰਕਸ ਬਹੁਤ ਜ਼ਿਆਦਾ ਆਏ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਸੀ ਤੇ ਕਾਫੀ ਅਸਿਮਿਲੈਰਿਟੀਆਂ ਵੀ ਨੇ ਕਈ ਸਟੂਡੈਂਟ ਐਸੇ ਨੇ ਜਿਹੜੇ ਇੱਧਰ ਉੱਤਰ ਵੀ ਮਤਲਬ ਜਿਵੇਂ ਹਨਾ ਆਪਾਂ ਕਹਿੰਦੇ ਕਨੈਪਸ ਐਸਲ ਤਹਿਸੀਲਦਾਰ ਦੇ ਵਿੱਚ ਵੀ ਹੋਈ ਨੇ ਪਟਵਾਰੀ ਐਕਸਾਈਜ਼ ਸੀਨੀਅਰ ਅਸਿਸਟੈਂਟ ਹੋਰ ਵੀ ਨਿੱਡਟੜੇ ਉਹ ਜਿਨ੍ਹਾਂ ਦੇ ਵੀ ਪੇਪਰ ਨੇ ਉਹਨਾਂ ਦਾ ਨਾਮ ਦੇਖਣ ਨੂੰ ਮਿਲ ਜਾਂਦੇ ਨੇ ਕਾਫੀ ਬੱਚੇ ਐਵੇਂ ਹੁੰਦੇ ਨੇ ਠੀਕ ਹੈ ਬਾਕੀ ਜੋ ਹੈ ਕਿੰਨੇ ਪਾਸ ਸੀ ਸੌਰੀ ਕਿੰਨੇ ਐਬਸੈਂਟ ਰਹੇ ਨੇ ਕਿੰਨੇ ਪ੍ਰੈਜ਼ੈਂਟ ਹੈ ਠੀਕ ਹੈ ਬਾਕੀ ਕਿੰਨੇ ਪਾਸ ਫੇਲ ਪੰਜਾਬੀ ਸਬਜੈਕਟ ਜਾਂ ਜੋ ਵੀ ਹੈ ਥੋੜੇ ਸਾਹਮਣੇ ਸਿਕਰਿੰਦੇ ਹੋਤੇ ਹਨ ਸੋ ਵੀਰੋ ਭੈਣੋ ਇਸ ਗਲਤੀ ਨੂੰ ਨਾ ਚਲਕਾ ਲਓ ਕਿ ਹੁਣ ਜਿਹੜਾ ਪੇਪਰ ਆਪਣਾ 6 ਅਗਸਤ ਨੂੰ ਆਣੇ ਵਾਲਾ ਜਿਹੜਾ 16 ਜੁਲਾਈ ਨੂੰ ਕੀ ਕਹਿੰਦੇ ਆ ਪੰਜਾਬ ਚ ਹੈੜਾ ਕਾਰਨ ਮੀਂਹ ਕਾਰਨ ਅੱਗੇ ਹੋ ਗਿਆ ਸੀ 20 25 ਦਿਨ ਅੱਗੇ ਹੋ ਗਿਆ ਸੀ ਉਹਦੇ ਲਈ ਫਿਰ ਤੁਹਾਨੂੰ ਕਿੰਨੀ ਜ਼ਿਆਦਾ ਮਿਹਨਤ ਕਰਨੀ ਪੈਣੀ ਤੁਸੀਂ ਆਪ ਇਸ ਹਿਸਾਬ ਨਾਲ ਲੋ ਬੱਚਿਆਂ ਦੇ ਮਾਰਕਸ ਹੀ ਬਹੁਤ ਜ਼ਿਆਦਾ ਨੇ ਠੀਕ ਹੈ ਜੀ ਮਿਹਨਤ ਦਾ ਫਲ ਮਿਲਦਾ ਹੈ ਨੋ ਡਾਊਟ ਰੱਬ ਜੀ ਦਾ ਆਸ਼ੀਰਵਾਦ ਹੁੰਦਾ ਤੇ ਇਸ ਕਰਕੇ ਤੁਹਾਨੂੰ ਹੋਰ ਜ਼ਿਆਦਾ ਸਖਤ ਮਿਹਨਤ ਕਰਨੀ ਪੈਣੀ ਕੋਈ ਵੀ ਤੁਹਾਡਾ ਸਬਜੈਕਟ ਵੀਕ ਚੱਲ ਰਿਹਾ ਉਹਦੇ ਲਈ ਝਟਜੋ ਤੇ ਹਲੇ ਵੀ ਦਿਨ ਪਈ ਨੇ ਠੀਕ ਹੈ ਤੇ ਥੋੜਾ ਸਾਹਮਣੇ ਸਾਰੀ ਰਿਪੋਰਟ ਆ ਚੁੱਕੀ ਹੈ ਠੀਕ ਹੈ ਸੋ ਕਾਫੀ ਸਮੇਤੋਂ ਤਿਆਰ ਕੀਤਾ ਜਾ ਰਹੀ ਹੈ ਫਾਈਨਲ ਅਨਸਰ ਕਿਹਿਆਂ ਵੀ ਆ ਗਿਆ ਕਿ ਕਿਹੜੇ ਕੁਐਸਚਨ ਸਹੀ ਗਏ ਕਿਹੜੇ ਗਲਤ ਕਿਹੜੇ ਉਹਨਾਂ ਨੇ ਮੰਨੇ ਕਿਹੜੇ ਨਹੀਂ ਠੀਕ ਹੈ ਤੇ ਫਾਈਨਲ ਰਿਜ਼ਲਟ ਮਤਲਬ ਪ੍ਰੋਪਰ ਥੋੜਾ ਸਾਹਮਣੇ ਇੱਕ ਤਰੀਕੇ ਦਾ ਤੁਹਾਨੂੰ ਵੈਸੇ ਆਈਡੀਆ ਜੋ ਹੋ ਗਿਆ ਹੋਗਾ ਵੀ ਕਿੰਨੇ ਗੁਣਾ ਕਿੰਨੇ ਪੋਸਟਾਂ ਦਾ ਹਨਾ ਤੁਹਾਨੂੰ ਪਤਾ ਹੀ ਹੈ ਇਹਨਾਂ ਦੇ ਵਿੱਚੋਂ ਜਿੰਨੀ ਵੀ ਕੈਟਾਗਰੀ ਨੇ ਜਨਰਲ ਨੇ ਆਰ ਐਂਡਓ ਹੈ ਐਮ ਐਂਡ ਬੀ ਹੈ ਬੀ ਸੀ ਹੈ ਸਪੋਰਟਸ ਕੈਟਾਗਰੀ ਹੈ ਫ੍ਰੀडम फाइਟਰ ਹੈ ਡਿਪੈਂਡੈਂਟ ਹੈ ਔਰtheta ਐ ਬ্লাইন্ড ਐ ਫਿਜ਼ੀਕਲ ਹੈਂਡੀਕੈਪ ਜਿੰਨੇ ਵੀ ਹੈ ਹੋਰ ਅਦਰਸ ਕੈਟਾਗਰੀਜ਼ ਜਿੰਨੇ ਵੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਐਨੇ ਗੁਣਾ ਐਨੇ ਨੂੰ ਬਲਾਇਆ ਜਾਂਦਾ ਹੁੰਦਾ ਤੇ ਉਹ ਵਾਲੇ ਆਪਣੇ ਆਪ ਨੂੰ ਸੇਫ ਜਾਨ ਮੰਨ ਕੇ ਚੱਲਣਗੇ ਆਪਣੇ ਮੋਬਾਈਲ ਦੇ ਕੈਲਕੂਲੇਟਰ ਦੇ ਵਿੱਚ ਗੁਣਾ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਗੁਣਾ ਕਿੰਨੇ ਨੂੰ ਬਲਾਇਆ ਜਾਣਾ ਤੇ ਮੇਰਾ ਰੈਂਕ ਕਿੱਥੇ ਘਾਰਿਆ ਹੈ ਹਨਾ ਠੀਕ ਆ ਤੁਹਾਨੂੰ ਪਤਾ ਲੱਗ ਜਾਏਗਾ ਤੇ ਬਾਕੀ ਅਗਰ ਤੁਹਾਨੂੰ ਲੱਗਦਾ ਕਿ ਨਈ ਗੱਲ ਬਣਨੀ ਨਹੀਂ ਖਣਾ ਆ ਰਿਹਾ ਤਾਂ ਤੁਸੀਂ ਜਿਹੜੇ ਨੈਕਸਟ ਪੇਪਰ ਭਰੇ ਹੋਏ ਨੇ ਉਹਨਾਂ ਦੀ ਦੱਬ ਕੇ ਤਿਆਰੀ ਕਰੋ ਤਾਂ ਕਿ ਜੋ ਇਸ ਵਾਰ ਰੀਅਲਸ ਤੁਹਾਡੇ ਨਾਲ ਹੋਇਆ ਠੀਕ ਆ ਉਹ ਅਗਲੀ ਵਾਰ ਤੁਹਾਡੇ ਨਾਲ ਨਾ ਹੋਵੇ ਤੇ ਤੁਹਾਡੀ ਸਿਲੇਕਸ਼ਨ ਹੋ ਜਾਏ ਤੁਹਾਡਾ ਨਾਮ ਜਰੂਰ ਅੱਗੇ ਕਿਸੇ ਟਾਈਪਿੰਗ ਟੈਸਟ ਲਈ ਹੈ ਜੋ ਅਲੱਗ-ਅਲੱਗ ਪੇਪਰਾਂ ਦੇ ਲਈ ਅੱਗੇ ਅਲੱਗ-ਅਲੱਗ ਗਰਾਊਂਡ ਵਗੈਰਾ ਹੁੰਦੇ ਨੇ ਉਹਨਾਂ 'ਚ ਆ ਜਾਵੇ ਠੀਕ ਹੈ ਨਾ ਪੇਪਰ ਤਾਂ ਹੁਣ ਤੁਹਾਨੂੰ ਪਤਾ ਸਰਕਾਰ ਭਰਤੀਆਂ ਕਾਫੀ ਕਰ ਰਹੀ ਹੈ ਜਦੋਂ ਦੀ ਗਵਰਨਮੈਂਟ ਆਈ ਹੈ ਤੇ ਬਹੁਤ अच्छी ਗੱਲ ਹੈ ਐਪਰੀਸ਼ੀਏਟ ਕਰਦੇ ਆ ਤੇ ਹੁਣ ਜਿਵੇਂ ਜੁਲਾਈ ਚੱਲ ਰਿਹਾ ਹੈ ਨਾ ਇਹਨਾਂ ਨੇ ਦਸੰਬਰ ਮਹੀਨੇ ਤੱਕ ਹੋਰ ਪੋਸਟਾਂ ਕੱਢੀ ਜਾਣੀਆਂ ਭਾਵੇਂ ਉਹ ਪੰਜਾਬ ਪੁਲਿਸ ਵਾਲੀ ਹੋਣ ਟੀਚਿੰਗ ਲਾਈਨ ਐਸਐਸ ਬੋਰਡ ਕਲਰਕ ਆਪਣਾ ਹੋਰ ਵੀ ਸਟੈਨੋਆ ਜਿੰਨੇ ਵੀ ਡਾਟਾ ਇੰਟਰਪ੍ਰੀਟਰ ਹੋਰ ਹੋਰ ਵੀ ਪਤਾ ਨਹੀਂ ਕਿੰਨੀਆਂ ਟੈਕਨੀਕਲ ਅਤੇ ਨਾਨ ਟੈਕਨੀਕਲ ਪੋਸਟਾਂ ਠੀਕ ਆ ਸਾਰੀ ਆਈ ਜਾਣੀਆਂ ਨੇ ਤੇ ਉਧਰ ਅਫਸਰ ਕਲਾਸ ਵਾਲੀਆਂ ਉਹ ਵੀ ਆਈ ਜਾਣੀਆਂ ਨੇ ਸੋ ਤਿਆਰੀ ਕਰਕੇ ਰੱਖੋ ਤਿਆਰੀ ਨਹੀਂ ਛੱਡਿਓ ਜਿਵੇਂ ਹੁਣ ਪਿਛਲੇ ਪੇਪਰ ਅੱਗੇ ਕਰ ਦਿੱਤੇ ਗਏ ਆ ਕਈ ਵਾਰ ਨਾ ਪਟਿਲ ਕਰ ਜਾਂਦੇ ਆ ਠੀਕ ਹੈ ਇਹ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਜਿੰਨੇ ਘੰਟੇ ਤੁਸੀਂ ਡੇਲੀ ਲਾਂਦੇ ਸੀ ਉਹਨਾਂ ਤਾਂ ਲਾਓ ਹੀ ਲਾਓ ਕਮ ਸੇ ਘੱਮ ਅਗਰ ਵੱਧ ਲਾਂ ਤਾਂ ਦਿਲ ਕਰਦਾ ਤਾਂ ਕਰ ਲਓ ਪਰ ਸਿਹਤ ਦਾ ਵੀ ਖਿਆਲ ਰੱਖੋ ਅੱਛਾ ਖਾਓ ਅੱਛਾ ਠੀਕ ਹੈ ਪੀਓ ਤੇ ਬਾਕੀ ਆਪਣਾ ਕਨਸੈਂਟ੍ਰੇਸ਼ਨ ਰੱਖ ਅ ਰੱਬ ਜੀ ਨੂੰ ਪ੍ਰੇਅਰ ਕਰੋ ਸੱਚੇ ਦਿਲੋਂ ਤੇ ਸੱਚੀ ਮਿਹਨਤ ਕਰੋ ਔਰ ਦਬ ਕੇ ਮਿਹਨਤ ਕਰੋ ਪਤਾ ਲੱਗੇ ਤੁਹਾਡੇ ਸਰੀਰ ਨੂੰ ਕਿ ਹਾਂ ਕਿ ਮਿਹਨਤ ਕੀਤੀ ਜਾ ਰਹੀ ਕਿਸੇ ਚੀਜ਼ ਲਈ ਆ ਜੋ ਇੰਨੇ ਕੈਂਡਕਾ ਨੰਬਰਸ ਆਏ ਐ ਐਵੇਂ ਨਹੀਂ ਆਏ ਉਹ ਕਿੰਨੇ ਕਿੰਨੇ ਸਾਲਾਂ ਤੋਂ ਲੱਗੇ ਹੋਏ ਨੇ ਕੈਂਡੀਡੇਟਸ ਕਿਉਂਕਿ ਤੁਸੀਂ ਉਹਨਾਂ ਦੇ ਨਾਮ ਤੋਂ ਉਹਨਾਂ ਦੇ ਪੇਰੈਂਟਸ ਦੇ ਨਾਮ ਤੋਂ ਚੈੱਕ ਕਰ ਸਕਦੇ ਹੋ ਪਿਛਲੇ ਕਈ ਸਾਲਾਂ ਤੋਂ ਰਿਜਲਟ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਬਹੁਤ ਸਾਰੇ ਬੱਚਿਆਂ ਦੇ ਨੰਬਰ ਪਹਿਲਾਂ ਕਿੰਨੇ ਹੁੰਦੇ ਸੀ ਹੁਣ ਕਿੰਨੇ ਵਧੇ ਨੇ ਮਿਹਨਤ ਜਾਰੀ ਰੱਖਣੀ ਹੈ ਬਸ ਠੀਕ ਹੈ ਤੇ ਬਾਕੀ ਅ ਚੈਨਲ ਤੇ ਅਗਰ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰ ਲ ਬੈਲ ਆਈਕਨ ਜਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨਵਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਮਿਲ ਸਕੇ ਠੀਕ ਹੈ ਤੇ ਹੁਣ ਉਸ ਤੋਂ ਬਾਅਦ ਟਾਈਪਿੰਗ ਰਾਉਂਡ ਹੋਣਾ ਟਾਈਪਿੰਗ ਕਿਵੇਂ ਲਈ ਜਾਂਦੀ ਹੈ ਟੈਸਟ ਕਿਵੇਂ ਕਿਸ ਤਰ੍ਹਾਂ ਦੇ ਪੈ ਰਹੇ ਹੁੰਦੇ ਆ ਕਿੰਨੇ ਥੋੜੇ ਮਨ ਚ ਹਜ਼ਾਰਾਂ ਸਵਾਲ ਚੱਲ ਰਹੇ ਹੋਣੇ ਉਹਨਾਂ ਸਭ ਦੇ ਜਵਾਬ ਇਸ ਚੈਨਲ ਦੇ ਉੱਤੇ ਅਵੇਲੇਬਲ ਹੈ ਟਾਈਪਿੰਗ ਟੈਸਟ ਜੋ ਹੋਣੇ ਪਿਛਲੇ ਜੇ ਕਲਰਕ ਭਰਤੀ ਹੋ ਕੇ ਹਟੀ ਹੈ ਟਾਈਪਿੰਗ ਟੈਸਟ ਕਿਵੇਂ ਹੋਇਆ ਸੀਗਾ ਮੀਡੀਆ ਕਵਰੇਜ ਪ੍ਰੋਪਰ ਕੀਤੀ ਗਈ ਹੈ ਬੱਚੇ ਸੈਂਟਰ ਤੋਂ ਬਾਹਰ ਆ ਕੇ ਦੱਸ ਰਹੇ ਸੀ ਕਿ ਕਿਵੇਂ ਕਿਵੇਂ ਟਾਈਪ ਟੈਸਟ ਹੋਇਆ ਕਿਵੇਂ ਕਿਵੇਂ ਉਹਨਾਂ ਨੇ ਤਿਆਰੀ ਕੀਤੀ ਸੀ ਠੀਕ ਹੈ ਕਿ ਤੱਕ ਤੱਕ ਦੇ ਚੰਗਸਾਨਗੇ ਕੀ ਕੁਝ ਹੋਏਗਾ ਕਿਹੜੇ ਤਰ੍ਹਾਂ ਦੇ ਕੋਡਵਰਡਸ ਯਾਦ ਰੱਖਣੇ ਆ ਤੁਹਾਨੂੰ ਸਭ ਪਤਾ ਲੱਗ ਜਾਏਗਾ ਵੀਡੀਓ ਉਹ ਜ਼ਰੂਰ ਦੇਖੋ ਇਸ ਤੋਂ ਬਾਅਦ ਫਿਰ ਥੋੜਾ ਅਗਲਾ ਰਾਉਂਡ ਹੋਏਗਾ ਡੀਵੀ ਡਾਕੂਮੈਂਟ ਵੈਰੀਫਿਕੇਸ਼ਨ ਨਾਲ ਉਹ ਕਿਸ ਤਰ੍ਹਾਂ ਹੁੰਦੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਜਾ ਕੇ ਤੇ ਹੋਰ ਅਗਰ ਕੋਈ ਛੋਟਾ ਸਵਾਲ ਹੈ ਕਮੈਂਟ ਬਾਕਸ 'ਚ ਸਟੱਰ ਸਕਦੇ ਹੋ ਤੇ ਸਾਨੂੰ ਸਾਡੀ ਟੈਲੀਗ੍ਰਾਮ ਆਈਡੀ ਤੇ ਵੀ ਪੁੱਛ ਸਕਦੇ ਹੋ ਤੇ ਬਾਕੀ ਤੁਸੀਂ ਆਪਣੇ ਮਾਰਕਸ ਵਿਦ ਕੈਟਾਗਰੀ ਨੀਚੇ ਲਿਖ ਸਕਦੇ ਹੋ ਠੀਕ ਹੈ ਤੇ ਵੈਗੁਰੂ ਜੀ ਮੇਰ ਕਰਨ ਥੋੜੇ ਆਣ ਵਾਲੇ ਪੇਪਰਾਂ ਦੇ ਲਈ ਅਗਰ ਤੁਹਾਡੇ ਚੋ ਕੋਈ ਐਸਾ ਕੈਂਡੀਡੇਟ ਕਿ ਉਹਦਾ ਸਿਲੈਕਸ਼ਨ ਦੇ ਵਿੱਚ ਪੂਰਾ ਪੂਰਾ ਚਾਂਸ ਹੈ ਤਾਂ ਫਿਰ ਉਹ ਟਾਈਪਿੰਗ ਲਈ ਜ਼ਰੂਰ ਮਿਹਨਤ ਕਰੇ ਹੋਣੀ ਤੋਂ ਠੀਕ ਹੈ ਨਾ ਕਿਉਂਕਿ ਦੇਖੋ ਇਸ ਤਰ੍ਹਾਂ ਹੁੰਦਾ ਕਈ ਵਾਰ ਬਹੁਤ ਵਧੀਆ ਵਧੀਆ ਮਾਰਕਸ ਵਾਲੇ ਵੀ ਟਾਈਪਿੰਗ 'ਚ ਰਹਿ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਮੈਰਿਟ ਲਿਸਟ ਡਾਊਨ ਆਂਦੀ ਹੈ ਫਿਰ ਸੈਕੰਡ ਲਿਸਟ ਤੁਹਾਨੂੰ ਪਤਾ ਪਿੱਛੇ ਜੀ ਸੈਕੰਡ ਵੀ ਆਈ ਸੀ ਥਰਡ ਵੀ ਆਈ ਸੀ ਨਾ ਫਿਰ ਉਸ ਤੋਂ ਬਾਅਦ ਐਵਰੇਜ ਵਾਲੇ ਬੱਚੇ ਜੋ ਇਵਨ ਬਿਲੋ ਐਵਰੇਜ ਵੀ ਮਤਲਬ ਕੱਟ ਤੋਂ ਕੱਟ ਮਾਰਕਸ ਵਾਲੇ ਵੀ ਫਿਰ ਪਾਸ ਕਰ ਜਾਂਦੇ ਆ ਫਿਰ ਤੁਹਾਨੂੰ ਪਤਾ ਸਿੱਧੀ ਜੋਬ ਲੱਗਦੀ ਹੈ ਸੋ ਇਸ ਕਰਕੇ ਟਿੱਲਣਾ ਛੱਡਿਓ ਠੀਕ ਹੈ ਤੇ ਬਾਕੀ ਇੱਕ ਹਾਂ ਇਹ ਵੀ ਹੈ ਕੈਂਡੀਡੇਟਸ ਵੀ ਕਿ ਐਸੀ ਜਿਹਨਾਂ ਦੇ ਬਹੁਤ ਜ਼ਿਆਦਾ ਮਾਰਕਸ ਆਏ ਨੇ ਉਹ ਇਧਰ ਉਧਰ ਵੀ ਕਈ ਪਾਸਿਆਂ 'ਚ ਵੀ ਨੇ ਜਿਵੇਂ ਹਨਾ ਆਪਾਂ ਕਹਿੰਦੇ ਨੇ ਵੀ ਜਿਵੇਂ ਆਪਾਂ ਕਹਿੰਦਾ ਐਕਸਾਈਜ਼ ਵਾਲੇ ਪਾਸੇ ਵੀ ਨੇ ਪਟਵਾਰੀ ਵਾਲੇ ਪਾਸੇ ਵੀ ਹੋਰ ਪਤਾ ਨਹੀਂ ਕਿੰਨੇ ਪੇਪਰਾਂ 'ਚ ਨੇ ਹਨਾ ਸੋ ਠੀਕ ਹੈ ਹਰ ਇੱਕ ਦਾ ਫੈਸਲਾ ਹੁੰਦਾ ਕੋਈ ਨਹੀਂ ਵੀ ਜੁਆਇਨ ਕਰਦਾ ਕੋਈ ਦੂਜੇ ਪਾਸੇ ਜੁਆਇਨ ਕਰ ਲੈਂਦਾ ਠੀਕ ਹੈ ਸੋ ਇਹ ਉਹਨਾਂ ਦਾ ਪਰਸਨਲ ਫੈਸਲਾ ਹੈ ਪਰ ਜਿਨੇ ਹੁਣੇ ਤੇ ਬਾਕੀ ਸਾਰੇ ਵੀਰਾਂ ਤੇ ਭੈਣਾਂ ਨੂੰ ਬੈਸਟ ਆਫ ਲੱਕ ਨੈਕਸਟ ਪੇਪਰਾਂ ਦੇ ਲਈ ਤੇ ਤਿਆਰੀ ਕਰਦੇ ਰਹੋ ਤੇ ਆਸ ਨਹੀਂ ਛੱਡਣੀ ਕਿਉਂਕਿ ਹਲੇ ਪਹਿਲਾਂ ਟਾਈਪ ਟੈਸਟ ਹੋ ਜਾਣ ਤੋਂ ਬਾਅਦ ਜੋ ਲਿਸਟ ਆਏਗੀ ਹੋ ਸਕਦਾ ਥੋੜੀ ਬਾਰੀ ਵੀ ਆ ਜਾਈ ਤੁਹਾਨੂੰ ਵੀ ਬੁਲਾ ਲਿਆ ਜਾਵੇ ਠੀਕ ਹੈ ਨਾ ਸੋ ਕੁਝ ਵੀ ਹੋ ਸਕਦਾ ਇੱਥੇ ਫਿਊਚਰ ਕਿਸੇ ਨੂੰ ਨਹੀਂ ਦੇਖਿਆ ਠੀਕ ਹੈ ਸੋ ਬਾਕੀ ਬਾਬਾ ਨਾਨਕ ਜੀ ਅਮਰੀਕਨਸ ਆ ਰਹੇ ਨੇ ਤੁਸੀਂ ਆਪਣੀ ਮਿਹਨਤ ਜਾਰੀ ਰੱਖੋ ਪੜ੍ਹਾਈ 'ਚ ਵੀ ਟਾਈਪਿੰਗ 'ਚ ਵੀ ਮਿਲਦੇ ਹਾਂ ਜਲਦੀ ਕਿਸੇ ਨੈਕਸਟ ਵੀਡੀਓ 'ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੋਈ ਵੀ ਸਵਾਲ ਹੇਠੇ ਕਮੈਂਟ ਬਾਕਸ ਵਿੱਚ ਪੁੱਛ ਲਓ ਜੇ ਕੋਈ ਹੋਰ ਸਵਾਲ ਪੁੱਛਣਾ ਚਾਹੇ ਟੈਲੀਗ੍ਰam ਆਈਡੀ ਚਾਹੀਦੀ ਆ ਤਾਂ ਉਹ ਵੀ ਤੁਸੀਂ ਥੱਲੇ ਸਵਾਲ ਕਰ ਸਕਦੇ ਹੋ ਅਸੀਂ ਜਦੋਂ ਤੁਹਾਨੂੰ ਆਈਡੀ ਦੇ ਦਾਂਗੇ ਠੀਕ ਹੈ ਸੋ ਠੀਕ ਹੈ ਜੀ ਮਿਲਦੇ ਹਾਂ ਜਲਦੀ ਨੈਕਸਟ ਵੀਡੀਓ 'ਚ ਮਿਹਨਤ ਕਰਦੇ ਰਹੋ ਪੜਾਈ ਜਾਰੀ ਰੱਖੋ ਟਾਈਪਿੰਗ ਜਾਰੀ ਰੱਖੋ ਰੱਬ ਰੱਖਾ ਜੀ ਹੋਰੇ ਸੀਗੇ ਪਿਛਲੇ ਚਾਲ ਦੇ ਨੋਟਿਸ ਜਿਹਦੇ ਵਿੱਚ ਪੋਸਟਾਂ 900 ਪਤਾ ਨਹੀਂ 17 ਤੋਂ 938 ਹੋ ਗਈ ਸੀਗੇ ਸ਼ਾਇਦ ਤੇ 40% ਵਾਲੀ ਸ਼ਰਤ ਵੀ ਖਤਮ ਸੀਗੀ ਠੀਕ ਹੈ ਕੁਝ ਮਹੀਨੇ ਪੁਰਾਣੇ ਨੋਟਿਸ ਨੇ ਧੰਨਵਾਦ ਜ